लो जी वीरे कैमरे सामने रैसर दी टीम है जी, नाल शेरू ढाबा सचिन स्तीरांली छोटू माजरा ते विकास बारेगा नेट ते गगना जी। दूजे पासे धनेठे दी टीम है शौंकी शेरू अंग्रेज मरदैड़ी पैरथी नागरा जैमल ते चैपल। ओ बाल ओए पिरथी यार फिर आ बाल पिरथी ਇਹ ਕਾਂਦੇ ਦਾ ਪਿਰਥੀ ਯਾਦੂ ਕਰਕੇ ਦੀ ਦੁਨੀਆ ਜਿਹਨੇ ਹੁਣ ਦਾ ਲਾਇਆ ਹੈ ਤੇ ਆ ਮੈਚ ਮੇਰੇ ਮਿੱਤਰੋ ਬਹੁਤ ਤਗੜਾ ਮੈਚ ਖੇਡੇ ਜਾਣਾ ਹੈ ਕਿਉਂਕਿ ਇੱਕ ਪਾਸੇ ਦੇ ਕਹੀਏ ਬਹੁਤ ਵੱਡਾ ਤਜਰਬਾ ਹੈ ਜਿਹੜੀ ਟੀਮ ਧਨੇਠਿਆਂ ਦੀ ਖੇਡਦੀ ਹੈ ਅਗਰੇਰ ਪਿਰਥੀ ਹੈ ਸ਼ੌਕੀ ਹੈ ਸ਼ੇਰੋ ਵਾਲਾ ਤੇ ਨਾਲ ਮੇਰੇ ਮਿੱਤਰੋ ਵੱਡੇ ਤਜਰਬੇ ਵਾਲੇ ਹੈ ਵੱਡੇ ਵੱਡੇ ਪਾਲਾ ਹੈ ਆਓ ਸਾਹਮਣੇ ਧੰਨ ਧਾਨੀ ਹੋਣੀ ਆ ਆ ਮੈਚ ਦੇ ਵਿੱਚ ਜ਼ੋਰ ਲੱਗਣਾ ਦੋਵੇਂ ਟੀਮਾਂ ਦਾ ते जितना ते एक नहीं जेडिया गलतियां करतिया ओ कानू सुधार के उड़िया पैनिया आओ मुंडे कहंदे दोवे मेरे मित्रों तजर्बे वाले वड्डे आ ते वेखो हुणा जोर बशर्म हुंदा ते अपनी कहानी आओ रच जांदा मेरे मित्रों आ गया अंग्रेज लावी अंग्रेज जोड़ दे कोई नंबर ते लोकां ने गल्लां ही करनियां पर छोटू खेडदा निगाह कट ली भी नागरे वाला यादूगर करूगा कमाल भाई सवाल पर जितगी जी ठीक है जी पता नहीं फौल कोई यार नहीं उठ गया दो नंबर ग्राउंड से मैच शुरू कराओ जी आ नहीं कोई फौल यार ना भाई जी आउट आई है भाई ये सेमीफाइनल दिया अपना भाई वधिया कढ़ी सी मुंडे ने बाल यार चलो बाकी रैफरी है भाई मननी पैंदी ना फिर रैफरी दी चल जांदा चल कोई ਵਧੀਆ ਚੱਲੀ ਜਾਂਦਾ ਹੈਪੀ ਕੈਨੇਡਾ ਬਾਈ ਵਧੀਆ ਚੱਲੀ ਜਾਂਦਾ ਮੈਚ ਦੀ ਲਾਸਟ ਕੁਆਟਰ ਚੱਲ ਪਿਆ ਸੈਮੀ ਦੀਆਂ ਟਾਈਆਂ ਪਾਉਣੇ ਆ ਬਾਈ ਨੰਬਰਦਾਰ ਨੂੰ ਕੋ ਪਾ ਦੋ ਟਾਈਆਂ ਹੁਣ ਟਾਈਆਂ ਪਾ ਦੋ ਬ੍ਰਹਮ ਜੀ ਪਾਉਣੇ ਆ ਜੀ ਇੱਕ ਨਿਕਲਿਆ ਉਧਰ ਰਹੋ ਜੂ ਮੈਚ ਹੋਰ ਬਾਈ ਲਾਉਣਾ ਫੋਨ ਨੰਬਰਦਾਰ ਨੂੰ ਇਹ ਕਰਾਉ ਤਾਂ ਸਿੰਗਲ ਐਂਡ ਚੱਲਦੀ ਆ ਇੱਥੇ ਵੀਰੇ ਸਿੰਗਲ ਐਂਡ ਫਾਲ ਹੈ ਨਹੀਂ ਜੀ ਇੰਗਲੈਂਡ ਦਾ ਚੱਲਦਾ ਜਤਿੰਦਰ ਵੀਰੇ ਉਹ ਬਾਲ ਓਏ ਜੱਸਿਆ ਸਰਾ ਬਾਲ ਯਾਰ ਜੋ ਤਾਲੀ ਵਾਲ ਵਧੀਆ ਵੀਰੇ ਵਧੀਆ ਜੀ ਵਾਹ ਓਏ ਜੱਸਿਆ ਕਮਾਲ ਗੁਰਵਤਰੀਆ ਇਹ ਰੈਸਰੀਆ ਜੱਸਾ ਆਣ ਤਾਲੀ ਵਾਲ ਦੀ ਤੂਬ ਮੇਰੇ ਮਤਰੋ ਕਮਾਲ ਦੀ ਬਾਲ ਲਾ ਗਿਆ ਚੁੱਪਰ ਖੇਡ ਦੇ ਮੈਦਾਨ ਦੇ ਵਿੱਚ ਤੇ ਲੈ ਵੀ ਸ਼ੌਕੀ ਆ ਤਿਆਰੀ ਫਰਮਾ ਸ਼ੇਰ ਵਾਲਿਆ ਤੇ ਪਾਲਾ ਹੁਣ ਤੇਰੀਆਂ ਵੀ ਦੇਖਣੀਆਂ ਆਓ ਟੱਕਰ ਬੜੀ ਵੱਡੀ ਆ हांजी हांजी चलदी है जतिंदर चलदी है
ਨੰਬਰਦਾਰਾ ਟਾਈਆਂ ਪਾਲੋ ਸੈਮੀ ਦੀਆਂ ਅੱਜ ਨਿਕਲਿਆ ਮੈਚ ਹੋ ਜੂ ਉਧਰ ਖਿੱਚ ਕੇ ਰੱਖਿਆ ਕਰ ਮਾੜਾ ਚਾਹ ਤੂੰ ਪੀ ਲਾ ਠੀਕ ਹੈ ਜੀ ਵਰਿੰਦਰ ਚਾਂਗਲੀ ਜੀ ਬਹੁਤ ਵੱਡਾ ਧੰਨਵਾਦ ਜੋਤ ਸੀਨੀ ਵਾਲੀਆਂ ਜੋਤੀ ਤੂੰ ਕੈਨੇਡਾ ਵਾਲਾ ਸੀਪੇ ਨੰਬਰ ਕੀ ਕਿਹਾ ਵੀਰੇ ਦੋ ਚਾਰ ਦੋ ਚਾਰ ਜੀਰੋ ਚਾਰ ਠੀਕ ਹੈ ਜੀ ਕੈਨੇਡਾ ਵਾਲਾ ਹੀ ਆ ਜੋਤੀ ਤੂੰ ਸੀਨੀ ਵਾਲੀ ਆ ਬਾਈ ਇਹ ਟੀਮ ਆ ਵੀਰੇ ਰੈਸਰ ਤੇ ਧਨੇਠਾ ਓਕੇ ਓਕੇ ਜੋਤੀ ਵੀਰੇ ਅੰਗਰੇਜ਼ ਸ਼ੇਰੂ ਤੇ ਜਿੰਨੀਆਂ ਬਾਲਾਂ ਮਾਰਦਾ ਉਹਨੇ 11-11 ਸੌ ਹੋਊਗਾ ਦਿਲਪ੍ਰੀਤ ਗੱਲ ਕੈਨੇਡਾ ਵੱਲੋਂ ਹਾਂ ਹਾਂ ਅੰਗਰੇਜ਼ ਸ਼ੇਰੂ ਤੇ ਜਿੰਨੀਆਂ ਬਾਲਾਂ ਮਾਰ ਕੇ ਖੜੀਆਂ ਕਰਾਉਂਦਾ ਮਨ ਹਾਂ ਇਹ ਨਾ ਹੋਵੇ ਪੱਟੀ ਡੱਚ ਡਿੱਗ ਪਈ ਜਾਂ ਮੂਹਰੇ ਜਾਂ ਹੱਥ ਨਾਲ ਲੱਗਿਆ ਨਾ ਜਿੰਨੀਆਂ ਹੱਥ ਤੇ ਮਾਰਦਾ ਬਾਲਾਂ ਠੀਕ ਹੈ ਇੱਕ ਮਿੰਟ ਜਿੰਨੀਆਂ ਬਾਲਾਂ ਸ਼ੇਰੂ ਤੇ ਹਰ ਬਾਲ ਹਾਂ ਬਸ ਐਂ ਬੋਲਦੇ ਵੀ ਜਿੰਨੀਆਂ ਬਾਲਾਂ ਅੰਗਰੇਜ਼ ਸ਼ੇਰੂ ਤੇ ਲਾਉਂਦਾ 11-11 ਸੌ ਠੀਕ ਹੈ ਬਈ ਉਧਰੋਂ ਵੱਡਾ ਵੀਰ ਦਲਪੀ ਗਿੱਲ ਕੈਨੇਡਾ ਵਾਲਾ ਭਰਾ ਸਾਡਾ ਕਹਿੰਦਾ ਹੈ ਵੀ ਜਿੰਨੀਆਂ ਬਾਲਾਂ ਅੰਗਰੇਜ਼ ਸ਼ੇਰੂ ਦੇ ਹੱਥਾਂ ਤੇ ਖੜੀਆਂ ਕਰੂਗਾ ਤੇ ਜਿੰਨੀਆਂ ਬਾਲਾਂ ਅੰਗਰੇਜ਼ ਸ਼ੇਰੂ ਦੇ ਹੱਥਾਂ ਤੇ ਲਾਊਗਾ ਉਹਨੇ 11-11 ਸੌ ਦੇ ਵੱਡੇ ਮਨਾਉਣੇ ਆ ਜਿੰਨੀਆਂ ਬਾਲਾਂ ਅੰਗਰੇਜ਼ ਨੇ ਸ਼ੇਰੂ ਦੇ ਲਾਉਣੀਆਂ ਤੇ ਉਹਨੇ 11-11 ਸੌ ਦੇ ਵੱਡੇ ਮਾਣ ਆਓ ਸਨਮਾਨ ਜਿਹੜੇ ਕੀਤੇ ਜਾਣਗੇ ਮੇਰੇ ਮਿੱਤਰੋ ਵਾਹੋ ਜੱਸੇ ਨਾ ਸ਼ੇਰੂ ਸਚਨ ਸੋਟੂ ਮਾਜਰਾ ਵਿਕਾਸ ਬਾਰੇ ਖਬਰੇ ਨਾਲ ਹੀ ਸੈਮੀ ਦੀਆਂ ਟਾਈਆਂ ਪੈਂਦੀਆਂ ਵੀਰੇ ਇਹਨਾਂ ਦੀ ਜੇਤੂ ਜਾਊ ਸੈਮੀ 'ਚ ਇੱਕ ਸਵਾਜਪੁਰਾ ਚਲੀ ਗਈ ਇੱਕ ਰਾਏਕੋਟ ਚਲੀ ਗਈ ਅਤੇ ਇੱਕ ਆਨੰਦਗੜ੍ਹ ਚਲੀ ਗਈ ਵੀਰੇ ਉਹ ਬਾਲ ਓਏ ਰੈਸਰੀ ਆ ਸਿਰਾ ਬਾਲ ਯਾਰ ਇਹ ਲਾਸਟ ਕੁਆਟਰ ਆ ਵੀਰੇ ਸੈਮੀ ਦੀਆਂ ਟਾਈਆਂ ਪੈਂਦੀਆਂ ਨੇ ਜੀ ਜੱਸੇ ਦੇ ਅੱਗੇ ਸਿੱਟਣੀ ਆ ਬਈ ਜਾਂ ਜੱਸੇ ਦੇ ਲਾਉਣੀ ਆ ਹੈਪੀ ਬਈ ਉਹ ਕਰ ਦੇ ਅਰਸ਼ੋਮਾ ਬਈ ਤੇਰੇ ਕੋਲ ਟਾਈਆਂ ਕਢਾਦੀਆਂ ਤੇ ਹਾਂ ਹਾਂ ਆ ਜਾਂਦੇ ਮੜਾ ਐ ਦਾ ਵੀ ਮੂਰੇ ਹਿੱਟਣੀ ਆ ਜੱਸੇ ਦੇ ਜਾਂ ਹੱਥ ਤੇ ਮਾਰਨੀ ਆ ਬਈ ਕਿਵੇਂ ਆ ਹੈਪੀ ਉਹ ਮੜਾ ਕਰ ਦਿਓ ਕਨਫਰਮ ਬਈ ਮੂਰੇ ਸਿੱਟਣਾ ਮਤਲਬ ਵੀ ਡ੍ਰੌਪ ਲਾਉਣੀ ਕਿਵੇਂ ਉਹ ਗੱਲਬਾਤ ਦੱਸ ਦਿਓ ਮੜਾ ਕਨਫਰਮ ਕਰ ਦਿਓ ਹੈਪੀ ਵੀਰੇ ਵੀ ਮੂਰੇ ਸਿੱਟਣੀ ਆ ਜਾਂ ਬਾਲ ਮਾਰਨੀ ਆ ਜੱਸੇ ਤੇ ਮੂਰੇ ਸਿੱਟਣ ਦਾ ਮਤਲਬ ਡ੍ਰੌਪ ਹੋ ਗਿਆ ਬਈ ਹੈ ਨਾ ਬੁੱਧ ਸਿੰਘ ਬਾਜਵਾ ਕਰਦੇ ਹਾਂ ਸਕੋਰ ਪਤਾ ਵੀਰੇ ਓਕੇ ਓਕੇ ਹੈਪੀ ਵੀਰੇ ਠੀਕ ਆ ਜੀ ਕਰਾ ਦਿੰਦੇ ਹਾਂ ਨਾ ਵੀਰੇ ਸੈਮੀ ਦੀਆਂ ਟਾਈਆਂ ਪਵਾ ਦਈਏ ਬਈ ਨੰਬਰਦਾਰਾ ਹੈਪੀ ਆ ਮੁੰਡਾ ਕੈਨੇਡਾ ਵਾਲਾ ਜਿਹੜਾ ਇੱਥੋਂ ਹੀ ਮੁੰਡੇ ਨੇ ਸਹਿਯੋਗ ਭੇਜਿਆ ਵਾ ਟੂਰਨਾਮੈਂਟ ਲਈ ਜੱਸੇ ਤੋਂ ਜਿਹੜਾ ਵੀ ਪੁਆਇੰਟ ਲੈਂਦਾ ਚਾਹੇ ਮੂਹਰੇ ਡ੍ਰੌਪ ਲਾ ਕੇ ਲੈਂਦਾ ਚਾਹੇ ਬਾਲ ਲਾ ਕੇ ਲੈਂਦਾ 500 ਹੋਊਗਾ ਹੈਪੀ ਕੈਨੇਡਾ ਵੱਲੋਂ ਠੀਕ ਆ ਬਾਈ ਇਹਦੀ ਸਿੱਟ ਲਈਆਂ ਬਾਈ ਮਾੜਾ ਬੋਲ ਦਿਓ ਕੱਢਿਓ ਵੀਰੇ ਇੱਕ ਮਿੰਟ ਵੀਰੇ ਇੱਕ ਮਿੰਟ ਮਾੜਾ ਬੁਲਾ ਦੀ ਨੰਬਰਦਾਰ ਟਾਈਆਂ ਬੋਲਦੇ ਬਾਈ ਸੈਮੀ ਦੀਆਂ ਟੀਮਾਂ ਨੇ ਦੇਖਣੀਆਂ ਦੇਖ ਸਕਦੇ ਹਾਂ ਚੰਗਾ ਹੋਲਡ ਆ ਬੋਲਦਾ ਦੇ ਮਾੜਾ ਉਧਰੋਂ ਜੇ ਕਿਸੇ ਵੀਰ ਨੇ ਟਾਈਆਂ ਦੇਖਣੀ ਜੀ ਸੈਮੀ ਫਾਈਨਲ ਮੈਚਾਂ ਦੀਆਂ ਟਾਈਆਂ ਚਾਂਗਲੀ ਵਾਲੇ ਵਰਿੰਦਰ ਸਾਡਾ ਵੀਰ ਜਿੱਥੇ ਲਾਈਵ ਕਰ ਰਿਹਾ ਉੱਥੇ ਟਾਈਆਂ ਪੈ ਰਹੀਆਂ ਜੀ ਪਾ ਦਿਓ ਵਰਿੰਦਰ ਟਾਈਆਂ ਕੋਈ ਚੱਕਰ ਨਹੀਂ ਬਾਈ ਚੱਕ ਦਿਓ ਵੀਰੇ ਚੱਕ ਦਿਓ ਤੁਸੀਂ ਚੱਕ ਲਓ ਇੱਕ ਚੱਕ ਲਓ ਰੈਕੋਟ ਆ ਰੈਕੋਟ
ਤੇ ਸਵਾਜਪੁਰਾ ਰੈਕੋਟ ਤੇ ਸਵਾਜਪੁਰੇ ਦਾ ਆਊਗਾ ਬਈ ਰੈਕੋਟ ਤੇ ਸਵਾਜਪੁਰਾ ਪਹਿਲਾ ਸੈਮੀ ਦੂਜੇ ਸਵਾਜਪੁਰੇ ਦਾ ਪਰਚੀ ਖੋਲ ਦੇ ਵੀਰੇ ਪਹਿਲਾ ਸੈਮੀ ਮੈਚ ਜਿਹੜਾ ਖੇਡਿਆ ਜਾਊਗਾ ਬਈ 41 ਜੋਰ ਦੇਣੇ ਮਾਰ ਦੋ ਬਹੁਤ ਤਕੜਾ ਮੈਚ ਲੱਗਦਾ ਰੈਕੋਟ ਤੇ ਸਵਾਜਪੁਰਾ ਪਹਿਲਾ ਸਵਾਜਪੁਰਾ ਇਹਨਾਂ ਦੀ ਜੇਤੂ ਖੇਡੂ ਜਿਹੜੀ ਇਹਨਾਂ ਤੋਂ ਜੇਤੂ ਆਨੰਦਗੜ੍ਹ ਨਾਲ ਖੇਡੂ ਆਨੰਦਗੜ੍ਹ ਨਾਲ ਖੇਡੂ ਜੀ ਇਹ ਆਪਣੇ ਕੋਲੇ ਦੋ ਸੈਮੀ ਮੈਚ ਨੇ ਜੀ ਓਕੇ ਰਿਪੋਰਟ ਬਈ ਸਵਾਜਪੁਰੇ ਦਾ ਸੈੱਟ ਭਰਿਆ ਵਾ ਨਜਿੰਦਰ ਵੀਰੇ ਉਹਨਾਂ ਦਾ ਮੈਚ ਰੈਕੋਰਡ ਨਾਲ ਆ ਜੀ ਮੈਂ ਕਹਿੰਦਾ ਲਵਾ ਦੋ ਉਧਰ ਮੈਚ ਯਾਰ ਹਵਾਰੀ ਟੀਮ ਹਾਰ ਗਈ ਬਈ 7-6 ਮਨੀਸ਼ ਬਾਈ ਕਿੰਨੇ ਨੰਬਰ ਹੋ ਗਏ ਵੀਰੇ ਸਕੋਰ ਕਿੰਨੇ ਹੋ ਗਏ ਬਾਈ 8-0 ਹੋ ਗਏ ਵੀਰੇ 8 ਰਹਿ ਸਰ ਫਿਰ ਤਾਂ ਉਰੀ ਲਵਾ ਦਿਆਂਗੇ ਜੇ ਲੰਬਾ ਜਾਂਦਾ ਦੇਖਿਆ ਫਿਰ ਉੱਧਰ ਕਰਵਾ ਦਿਆਂਗੇ ਸਟਾਰਟ ਦੋਵੇਂ ਸੈਮੀ ਇਕੱਠੇ ਚੱਲ ਪੈਣਗੇ 9-0 ਹੋ ਗਏ ਵੀਰੇ ਹਾਂਜੀ ਹਾਂਜੀ ਇੱਧਰ ਕਰਾ ਦਿਆਂਗੇ ਕੋਈ ਚੱਕਰ ਨਹੀਂ ਵੀਰੇ ਨਹੀਂ ਨਹੀਂ ਰੈਸਰ 'ਚ ਸੈਂਟਰ ਵੀਰੇ ਲਾ ਰਿਹਾ ਸ਼ੇਰੂ ਢਾਬਾ ਜੱਸਾ ਖੜਾ ਸਾਈਡ 'ਤੇ ਗੱਲ ਕਰ ਲੋ ਬਈ ਪ੍ਰਬੰਧਕਾਂ ਨਾਲ ਪ੍ਰਬੰਧਕਾਂ ਨਾਲ ਕਰੋ ਵੀ ਗੱਲਾਂ ਦੀ ਦੋ ਨੰਬਰ ਚਲਾ ਲਓ ਵੀਰੇ ਮੈਚ ਵਾਲੇ ਤਿੰਨ ਚਾਰ ਤਿੰਨ ਪਏ ਨੇ ਯਾਰ ਲਾਡੀ ਮੈਨ ਲਾ ਕੇ ਬਈ ਚਾਰ ਮੈਚ ਪਏ ਨੇ ਵੀਰੇ ਦੋ ਨੰਬਰ ਗਰਾਊਂਡ ਚਲਾ ਲਓ ਉਹ ਫਾਈਨਲ ਦੇਖ ਲਿਓ ਵਧੀਆ ਰਹੋਗੇ ਓਕੇ ਓਕੇ ਦੇਖ ਵੀਰੇ ਕਰਾ ਲਓ ਪਹਿਲਾਂ ਸੈਮੀ ਦੂਜੇ ਗਰਾਊਂਡ 'ਚ ਯਾਰ ਸਟਾਰਟ ਅਬਲਾਈ ਵੀਰੇ ਟੀਮਾਂ ਦੋਨੇ
15 ਦੀ ਕਰ ਲੋ ਵੀਰੇ 14-0 ਹੋ ਗਈ ਯਾਰ ਚਸਤਾ ਰਹੀ ਹੈ ਵੀਰੇ ਚੱਲਣ ਦੇ ਚਲੋ ਚਲੋ ਪਿੱਛੇ ਹਸਤਾ ਦਾ ਪਤਾ ਸੈਮੀ ਚੱਲਣਗੇ ਤੂੰ ਬਾਅਦ ਵੀਰੇ ਲਾਸਟ ਕੁਆਟਰ ਆ ਤਰਨਪ੍ਰੀਤ ਬਾਈ ਪਹਿਲਾ ਸੈਮੀ ਆਉਣਾ ਬਾਈ ਸਵਾਜਪੁਰਾ ਅਤੇ ਰੈਕੋਟ ਇਹਨਾਂ ਦੀ ਜੇਤੂ ਖੇਡੂ ਨੰਦਗੜ੍ਹ ਨਾ ਦੂਜਾ ਸੈਮੀ ਵੀਰੇ ਸਕੋਰ ਮੇਰੇ ਹਿਸਾਬ ਨਾਲ 2-15 ਨੇ ਬਾਈ ਆਨੰਦਗੜ੍ਹ 'ਚ ਬਾਈ ਚਹਿਲ ਖਣਾਲ ਖੇਡਦਾ ਅਤੇ ਸੰਗਰੂਰ ਵਾਲਾ ਇੱਥੇ ਬਾਲੀਆਂ ਵਾਲਾ ਜੋਤ ਆ ਬਈ ਦੇਖਿਓ
ਅਗਲਾ ਮੈਚ ਸੱਤੇ ਦਾ ਹੀ ਹੈ ਵੀਰੇ, ਸੱਤੇ ਦਾ ਮੈਚ ਆ ਜੀ ਅਗਲਾ ਰੈਕੋਰਡ ਨਾਲ। ਲਾਸਟ ਪੁਆਇੰਟ ਆ ਗਿਆ ਜੱਸੇ ਦਾ, ਲਾਸਟ ਪੁਆਇੰਟ ਬਾਈ। ਰਵੀ ਵਰਗੇ ਹਰ ਗਏ ਸੀ ਵੀਰੇ, ਦੂਜਾ ਰਾਊਂਡ ਹਰ ਗਏ ਸੀ ਜੱਸੇ ਨੂੰ। ਰੈਸਰ ਜਿੱਤ ਚੁੱਕੀ ਹੈ ਵੀਰੇ, ਰੈਸਰ ਦਾ ਮੈਂ ਆਨੰਦਗੜ੍ਹ ਨਾਲ ਆਉਣਾ ਜੀ। ਇੱਕ ਨੰਬਰ ਰਹਿੰਦਾ ਵੀਰੇ, ਇੱਕ ਪੁਆਇੰਟ ਰਹਿੰਦਾ। ਕਰਦੇ ਵਿਕਾਸ ਸਰਵਿਸ ਸੈਮੀ ਫਾਈਨਲ ਦੀਆਂ ਟੀਮਾਂ ਨੇੜੇ ਹੋਈਆਂ ਵੀਰੇ, ਪਹਿਲੇ ਨੰਬਰ ਗਰਾਊਂਡ ਦੇ। ਨਹੀਂ ਆਈ ਵੀਰੇ ਯੂਪੀ ਸ਼ਾਸਤਰੀ, ਨਹੀਂ ਆਈ ਵੀਰੇ। ਹਾਂਜੀ ਹਾਂਜੀ, ਸੈਮੀ ਆ ਵੀਰੇ, ਅਗਲਾ ਸੈਮੀ ਆ। ਇਹ ਇੱਕ ਲਾਸਟ ਕੁਆਟਰ ਸੀਗਾ ਬਾਈ। ਪੰਜ ਵੱਜ ਗਏ, ਛੇ ਸੱਤ ਅੱਠ ਵੱਜ ਗਏ। ਰੈਸਰ ਦਾ ਲਾਸਟ ਪੁਆਇੰਟ ਆ ਵੀਰੇ, ਇੱਧਰ ਚਾਰ ਜਾਂ ਪੰਜ ਸਕੋਰ ਆ। ਸੋਲਾਂ ਛੇ ਦੂਜੇ ਮੈਚ